ਬੀਤੇ ਦਿਨੀ ਬ੍ਰੈਂਪਟਨ ਵਿਖੇ ਤਰਕਸ਼ੀਲ ਸੋਸਾਇਟੀ ਆਫ ਨਾਰਥ ਅਮਰੀਕਾ ਵੱਲੋਂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ FBI ਸਕੂਲ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਤਰਕਸ਼ੀਲ ਸੋਸਾਇਟੀ ਆਫ ਨਾਰਥ ਅਮਰੀਕਾ ਵੱਲੋਂ ਸਮੇਂ-ਸਮੇਂ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਨੇ ਆਮ ਪਬਲਿਕ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਅਤੇ ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਵਿਗਿਆਨਿਕ ਢੰਗ ਨਾਲ ਹੱਲ ਕਰਨ ਲਈ ਤਰਕਸ਼ੀਲ ਸੋਸਾਇਟੀ ਆਫ ਨਾਰਥ ਅਮਰੀਕਾ ਹਮੇਸ਼ਾ ਹੀ ਕਮਿਊਨਿਟੀ ਨੂੰ ਸੁਚੇਤ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਤਰਕਸ਼ੀਲ ਸੋਸਾਇਟੀ ਦੇ ਨੁਮਾਇੰਦਿਆਂ ਵੱਲੋਂ ਇੱਕ ਸੈਮੀਨਾਰ FBI ਸਕੂਲ ਵਿੱਚ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ਤੇ ਹਰਿੰਦਰ ਲਾਲੀ, ਕੋਆਰਡੀਨੇਟਰ ਲੀਗਲ ਸੈੱਲ ਤਰਕਸ਼ੀਲ ਸੋਸਾਇਟੀ ਪੰਜਾਬ ਅਤੇ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਡਾਕਟਰ ਸੁਖਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਕਾਫੀ ਗਿਣਤੀ ਵਿੱਚ ਲੋਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਪ੍ਰਬੰਧਕਾਂ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ। ਇੰਨੀ ਆਵਾਜ਼ ਨਹੀਂ ਪੈਦਾ ਕਰ ਸਕਦੇ ਜਿਹੜੇ ਉਹਨਾਂ ਦੇ ਆਪਣੇ ਅਦਾਰੇ ਤੋਂ ਆਪਣੀ ਬਿਲਡਿੰਗ ਤੋਂ ਬਾਹਰ ਜਾਣ। ਅਤੇ ਕਾਨੂੰਨ ਜਿਹੜੇ ਇਸ ਵੇਲੇ ਮੌਜੂਦ ਨੇ ਉਹਨਾਂ ਨੂੰ ਤਰਕਸ਼ੀਲ ਸੈੱਟ ਦੇ ਮੈਂਬਰ ਵਰਤਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ। ਜਿਹੜੇ ਪੰਜਾਬ 'ਚ ਰਹਿਣਾ ਨੇ ਜਾਂ ਜਿਹੜੇ ਮੇਰੇ ਵੀਰ ਮਿਨਿਸਟਰ ਵੀ ਜਿੱਥੇ ਆਏ ਹੋਏ ਨੇ ਉਹ ਵੀ ਸਾਡੇ ਕੋਲ ਪੰਜਾਬ ਵਿੱਚ ਆ ਕੇ ਜਾਣਗੇ। ਅਸੀਂ ਕਲੀਅਰ ਹੋ ਜਾਂਦੇ ਹਾਂ ਕਿ ਦੁਨੀਆਂ ਦੇ ਵਿੱਚ ਤਾਂ ਕੋਈ ਸ਼ੰਤ ਕਰਨ ਵਾਲੀ ਚੀਜ਼ ਰਹੀ ਨਹੀਂ, ਜਾਂ ਕੋਈ ਹੁੰਦੀ ਤਾਂ ਹੁਣ ਤੱਕ ਸਾਥੋਂ ਅਨੇਕਾਂ ਲੋਕਾਂ ਨੇ ਉਹ ਇਨਾਮ ਜਿਹੜੀ ਸਾਡੀ ਹੁਣ ਚੱਲ ਰਹੀ ਹੈ ਜੋ ਵਰਤਮਾਨ ਹੈ। ਅਸੀਂ ਵਰਤਮਾਨ ਤੇ ਆਪਣਾ ਧਿਆਨ ਪਹਿਲਾਂ ਕੇਂਦਰਿਤ ਕਰੀਏ। ਆਪਣੇ ਕਿਸਮਤ ਦੇ ਆਪ ਵਾਲੇ ਬਣੇ ਹੈ, ਆਪ ਵਾਰਸ ਬਣੇ ਹੈ। ਜਿਹੜਾ ਅਸੀਂ ਅੱਜ ਪ੍ਰੋਗਰਾਮ ਕਰਾ ਰਹੇ ਹਾਂਗੇ, ਇਹ ਪ੍ਰੋਗਰਾਮ ਮੁੱਖ ਤੌਰ ਦੇ ਉੱਤੇ ਸਾਡੇ ਮੈਂਬਰ ਖਾਸ ਤੌਰ ਦੇ ਉੱਤੇ ਜਾਂ ਜਿਹੜੀ ਆਮ ਜਨਰਲ ਪਬਲਿਕ ਹੈ ਉਹ ਅੰਧ ਵਿਸ਼ਵਾਸ, ਵਹਿਮਾਂ ਭਰਮਾਂ ਦੇ ਖਿਲਾਫ ਬਣੇ ਹੋਏ ਕਾਨੂੰਨ ਉਹਨਾਂ ਦੀ ਜਾਣਕਾਰੀ ਅਤੇ ਦੂਜੇ ਪਾਸੇ ਇਹ ਜਾਣਕਾਰੀ ਦੇਣ ਲਈ ਸਾਡੇ ਕੋਲ ਐਡਵੋਕੇਟ ਸੁਨਾਮ ਕੰਮ ਕਰਦੇ ਨੇ, ਤਰਕਸ਼ੀਲ ਸੋਸਾਇਟੀ ਦੇ ਉੱਥੇ ਐਗਜੈਕਟਿਵ ਦੇ ਮੈਂਬਰ ਨੇਗੇ, ਉਹ ਹਰਿੰਦਰ ਲਾਲੀ ਜੀ ਆਏ ਹੋਏ ਨੇਗੇ। ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਅੰਧ ਵਿਸ਼ਵਾਸਾਂ ਤੋਂ ਸ਼ੁਰੂ ਕਰਕੇ ਕਿਹੜੇ ਕਿਹੜੇ ਕਾਨੂੰਨ ਭਾਰਤ ਦੇ ਵਿੱਚ ਬਣੇ ਹੋਏ ਨੇ ਜਿਹਨਾਂ ਨੂੰ ਵਰਤਿਆ ਜਾ ਸਕਦਾ, ਜਿਹੜੇ ਬੰਦੇ ਲੋਕਾਂ ਦੀ ਲੁੱਟ ਕਰਦੇ ਨੇ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਸਜ਼ਾਵਾਂ ਦਿਵਾਉਣ ਦੇ ਵਿੱਚ, ਉਹਦੇ ਬਾਰੇ ਗੱਲਬਾਤ ਕਰ ਰਹੇ। ਅਤੇ ਦੂਜੇ ਪਾਸੇ ਸੁਖਪਾਲ ਸਿੰਘ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅਰਥ ਜਿਹੜੀ ਸ਼ਾਸਤਰ ਦਾ ਵਿਭਾਗ ਹੈ, ਇਕਨੋਮਿਕਸ ਦਾ ਵਿਭਾਗ ਹੈ, ਉਹਦੇ ਮੁਖੀ ਹੈੱਡ ਰਹੇ ਹੋਏ ਨੇਗੇ ਅਤੇ ਉੱਥੇ ਅਜੇ ਕੰਮ ਕਰ ਰਹੇ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ। ਅਤੇ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਹੋ ਰਹੀਆਂ ਖੁਦਕੁਸ਼ੀਆਂ ਉਹਨਾਂ ਦੇ ਕਾਰਨ ਕਿਉਂ ਹੋਏ ਨੇ, ਕਿ ਸੱਚਮੁੱਚ ਹੀ ਲੋਕ ਵੱਧ ਖਰਚ ਕਰਨ ਕਰਕੇ ਉਹ ਖੁਦਕੁਸ਼ੀਆਂ ਕਰ ਰਹੇ ਨੇ, ਜਾਂ ਨੀਤੀਆਂ ਨੇਗੀਆਂ ਕੁਛ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਉਹਨਾਂ ਨੂੰ ਤੰਗ ਕਰ ਰਹੀਆਂ ਨੇਗੀਆਂ। ਸੋ ਇਹ ਸਾਰਾ ਕੁਝ ਉਹਨਾਂ ਨੇ ਬੜਾ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਡਾਕਟਰ ਸੁਖਪਾਲ ਉਹਨਾਂ ਨੇ, ਅਤੇ ਕਾਨੂੰਨਾਂ ਬਾਰੇ ਗੱਲ ਕੀਤੀ ਹੈਗੀ ਐਡਵੋਕੇਟ ਹਰਿੰਦਰ ਉਹਨਾਂ ਨੇ, ਬਹੁਤ ਵਧੀਆ ਸਾਰਥਕ ਗੱਲਬਾਤ ਹੋਈ ਹੈ। ਅਤੇ ਜਿੰਨੇ ਸਾਡੇ ਮੈਂਬਰ ਨੇ ਉਹ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕਰਨ ਦੇ ਵਿੱਚ ਰੁੱਝੇ ਹੋਏ ਨੇ। ਅੱਜ ਅਸੀਂ ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ ਵੱਲੋਂ ਜਿਵੇਂ ਕਿ ਅਸੀਂ ਇੱਥੇ ਬਹੁਤ ਸਾਰੇ ਅਵੇਅਰਨੈਸ ਦੇ ਪ੍ਰੋਗਰਾਮ ਕਰਦੇ ਹਾਂ, ਲਗਾਤਾਰ ਹੀ ਉਸ 'ਤੇ ਕੰਮ ਕਰਦੇ ਹਾਂ, ਅਤੇ ਸਾਡਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਸੰਬੰਧ ਜਿਹੜੇ ਇਸ਼ੂ ਹੁੰਦੇ ਉਹ 'ਤੇ ਕੰਮ ਕਰਦੇ ਹਾਂ। ਅਤੇ ਸਾਡੇ ਕੋਲ ਅੱਜ ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ ਦੇ ਕੋਲ ਸਾਡੇ ਗੈਸਟ ਜਿਹੜੇ ਆ ਉਹ ਹਰਿੰਦਰ ਲਾਲੀ, ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੀ ਤਰਕਸ਼ੀਲ ਸੋਸਾਇਟੀ ਦੇ ਕੋਆਰਡੀਨੇਟਰ ਨੇ ਲੀਗਲ ਸੈੱਲ ਦੇ, ਅਤੇ ਉਹਨਾਂ ਦਾ ਸੈਮੀਨਾਰ ਹੈ। ਇਸ ਤੋਂ ਬਿਨਾਂ ਡਾਕਟਰ ਸੁਖਪਾਲ ਜੀ ਹੈਗੇ ਆ, ਹੈੱਡ ਆਫ ਦੀ ਡਿਪਾਰਟਮੈਂਟ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆ, ਉਹਨਾਂ ਨੇ ਕਿਸਾਨੀ ਦੇ ਅਤੇ ਖਾਸ ਕਰਕੇ ਮਜ਼ਦੂਰਾਂ ਦੇ ਜਿਹੜੇ ਇਸ਼ੂ ਸੀ ਜਾਂ ਉਹਨਾਂ ਦੀ ਖੁਦਕੁਸ਼ੀਆਂ ਉਹ 'ਤੇ ਉਹ ਗੱਲਬਾਤ ਕੀਤੀ ਸੀ। ਉਹਨਾਂ ਦੋਹਾਂ ਦੀ ਅਸੀਂ ਅੱਜ ਇਹ ਸੈਮੀਨਾਰ ਕਰ ਰਹੇ ਹਾਂ ਤਾਂ ਕਿ ਅਸੀਂ ਅਪਡੇਟ ਕਰ ਸਕੀਏ ਸਾਡੇ ਜਿਹੜੇ ਆ ਨੌਰਥ ਅਮਰੀਕਾ ਦੇ, ਖਾਸ ਕਰਕੇ ਅੰਟਾਰੀਓ ਦੇ GTA ਦੇ ਜਿਹੜੇ ਲੋਕ ਆ ਉਹ ਇਹਦਾ ਲਾਹਾ ਲੈ ਸਕਣ, ਅਤੇ ਲੋਕਾਂ ਨੂੰ ਵੱਧ ਤੋਂ ਵੱਧ ਤਰਕਸ਼ੀਲ ਵਿਚਾਰਧਾਰਾ ਨਾਲ, ਵਿਗਿਆਨਕ ਸੋਚ ਨਾਲ ਜੋੜ ਸਕਣ। ਇਹ ਸਾਡਾ ਅੱਜ ਦਾ ਪ੍ਰੋਗਰਾਮ ਸੀ। ਚੜ੍ਹਦੀ ਕਲਾ ਟਾਈਮ TV ਲਈ ਟੋਰਾਂਟੋ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ।